श्री अकाल। मैं पंजाब फोकस देख रहे सारे दर्शकों का स्वागत कर दी हाँ। जिवें कि असीं सारे जानते हाँ कि पंजाब भर के आर्डीनेंस के विरुद्ध किसानों वालों रोस मार्च कढ़े जा रहे हैं। इस तरह ही अज असीं पहुंचे पिंड देसलपुर विच, जिथे कि इतों के किसानों वालों एक मीटिंग बुलाई गई है। आओ गल करते हैं उन्होंने नाल, इस हाँ सरदार जसविंदर सिंह जी नाल जो कि पिंड के मौजूदा सरपंच हैं। सत श्री अकाल सरपंच साहब, रद्द किया जाए। हुण असीं जसपाल सिंह जी दे नाल गल करदे हां जो कि पिंड विच इक किसान हन, कि ओह सानूं की गलबात करना चाहुंदे हन। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਆਪਣਾ ਮੋਦੀ ਸਰਕਾਰ ਨੇ ਕਿਸਾਨਾਂ ਵਿਰੁੱਧ ਬਿੱਲ ਪਾਸ ਕੀਤਾ ਆ, ਉਹ ਬਹੁਤ ਪੰਜਾਬ ਲਈ ਮਾੜਾ ਆ, ਕਿਸਾਨਾਂ ਵਾਸਤੇ। ਉਹਨੂੰ ਇਹ ਕਾਲਾ ਕਾਨੂੰਨ ਹੀ ਦੱਸਦੇ ਆ ਜੋ ਕਿਸਾਨਾਂ ਵਾਸਤੇ ਹੋਇਆ ਆ। ਬਹੁਤ ਜ਼ਿਆਦਾ ਧੱਕਾ ਹੋਇਆ ਆ ਕਿਸਾਨਾਂ ਦੇ ਨਾਲ, ਕਿਉਂਕਿ ਇਹ ਜਿੱਥੇ ਜਿੱਥੇ ਅੱਗੇ 28 ਆ, ਬਿਹਾਰ ਵਿੱਚ 28 ਆ, ਕਈ ਸਟੇਟਾਂ ਵਿੱਚ ਹੋਰ 28 ਆ, ਉੱਥੇ ਕਿਸਾਨ ਬਹੁਤ ਰੋਲੇ ਪਏ ਆ। ਕੋਈ ਕਿਸਾਨ ਦਾ ਮੁੱਲ ਨਹੀਂਗਾ ਫਸਲ ਦਾ ਲੱਗਦਾ। ਇਹ ਜਿੱਦਾਂ ਹੁਣ ਕੀ ਮਿੱਠੀਆਂ ਗੋਲੀਆਂ ਦੇਈ ਜਾਂਦੇ ਆ ਵੀ ਤੁਹਾਨੂੰ ਬਹੁਤ ਫਾਇਦਾ ਹੋਣਾ, ਇਹਦੇ ਵਿੱਚ ਕੋਈ ਫਾਇਦਾ ਨਹੀਂ, ਕਿਸਾਨ ਦੀ ਲੁੱਟ ਆ। ਕਿਉਂਕਿ ਜਿੱਦਾਂ ਅੱਗੇ ਮੱਕੀ ਪਿਛਲੀ ਵਾਰ 2000 ਨੂੰ ਵੀ ਕੀ ਸੀ, ਐਤਕੀ ਖਰਚੀ ਉਹ ਤੋਂ ਵੱਧ ਆ, ਤੇ ਮੱਕੀ ਦਾ ਰੇਟ 1800 ਨੂੰ ਵਪਾਰੀਆਂ ਨੇ ਲਈ ਆ। ਤਾਂ ਹੁਣ ਮੱਕੀ ਦਾ ਰੇਟ ਜਦੋਂ ਵਪਾਰੀਆਂ ਕੋਲ ਪਹੁੰਚ ਗਈ ਆ, ਉਹਦਾ 2000 ਰੇਟ ਹੋਇਆ ਆ। ਇਸੇ ਤਰ੍ਹਾਂ ਸਾਡਾ ਝੋਨਾ, ਕੋਈ ਵੀ ਕਣਕ ਆ, ਕਿ ਚੀਜ਼ ਦਾ ਰੇਟ ਨਹੀਂ ਰਹਿਣਾ, ਤੇ ਮਜ਼ਦੂਰ ਟੁੱਟੂਗਾ, ਜੋ ਵੀ ਖੇਤੀ ਕਰਦਾ ਕਿਸਾਨ ਉਹ ਵੀ ਟੁੱਟੂਗਾ। ਉਹਨੇ ਤਾਂ ਬਿਲਕੁਲ ਟੁੱਟਣਾ ਹੀ, ਕਿਉਂਕਿ ਉਹਦੇ ਕੋਲ ਪੈਸਾ ਨਹੀਂ ਰਹਿਣਾ ਤਾਂ ਉਹ ਮਜ਼ਦੂਰ ਨੂੰ ਕਿੱਥੋਂ ਦਿਹਾੜੀ ਦਊਗਾ। ਇਹਦੇ ਤੇ ਬਹੁਤ ਪ੍ਰਭਾਵ ਪੈਂਦਾ ਆ। ਜਿੱਦਾਂ ਅੱਗੇ ਬਿਹਾਰ ਵਿੱਚ ਲੋਕੀ ਧੱਕੇ ਖਾਂਦੇ ਆ, ਉਸੇ ਤਰ੍ਹਾਂ ਹੁਣ ਇੱਥੇ ਪੰਜਾਬ ਦੇ ਕਿਸਾਨ ਵੀ ਧੱਕੇ ਖਾਣ ਤੇ ਮਜਬੂਰ ਹੋ ਜਾਣਗੇ। ਤੇ ਇਸ ਕਰਕੇ ਮੋਦੀ ਸਰਕਾਰ ਨੇ ਬਹੁਤ ਮਾੜਾ ਕੀਤਾ ਪੰਜਾਬ ਲਈ, ਤੇ ਉਹਨਾਂ ਨੂੰ ਇਹਦਾ ਹਰਜਾਨਾ ਭੁਗਤਣਾ ਪਊਗਾ। ਕਿਉਂਕਿ ਜਿੱਦਾਂ ਅੱਗੇ ਬਹੁਤ ਮਗਰ ਲੱਗੇ, ਅਸੀਂ ਕਹਿਣਾ ਵੀ ਅੱਛੇ ਦਿਨ ਕਹਿੰਦੇ ਲਿਆਉਣੇ ਆ, ਅੱਛੇ ਦਿਨ ਦੇਖ ਲਓ ਕਿਹੇ ਆਏ ਆ, ਤੇ ਵੀ ਬਹੁਤ ਬੁਰਾ ਹਾਲ ਕਰ ਦਿੱਤਾ। ਹੁਣ ਗਾਂ ਇਹਨਾਂ ਨੂੰ ਹਰਜਾਨਾ ਡਬਲ ਦੇਵਾਂਗੇ ਜਿੱਦਾਂ ਫਸਲ ਦਾ, ਤੇ ਇਹ ਜਿਹੜੀ ਸਰਕਾਰ ਆ ਜਿੱਦਾਂ ਮਰਤਵੀ ਮਾਂ ਨੂੰ ਜਿੱਦਾਂ ਸਾਡੇ ਨਾਲ ਕਰ ਰਹੀ ਹੈ ਇਹ ਗੱਲਾਂ ਨੂੰ। ਇਸ ਕਰਕੇ ਵੀ ਕਿਸਾਨ ਸਾਰੇ ਇਹਦਾ ਵਿਰੋਧ ਕਰ ਰਹੇ ਆ, ਡਟ ਕੇ ਕਰਾਂਗੇ ਤੇ ਕਰਦੇ ਰਹਾਂਗੇ। ਆਓ ਹੁਣ ਗੱਲ ਕਰਦੇ ਹਾਂ ਪਿੰਡ ਵਿੱਚ ਮੌਜੂਦਾ ਕਿਸਾਨ ਸਰਦਾਰ ਸੁਖਦੇਵ ਸਿੰਘ ਜੀ ਦੇ ਨਾਲ, ਕਿ ਉਹ ਇਹ ਜੋ ਬਿੱਲ ਸਰਕਾਰ ਵੱਲੋਂ ਪਾਸ ਕੀਤੇ ਹਨ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹਨ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੇ ਮੋਦੀ ਸਰਕਾਰ ਨੇ 3 ਬਿੱਲ ਪਾਸ ਕਰਤੇ ਆ, ਬਹੁਤ ਜ਼ਿਆਦਾ ਸਾਰੇ ਭਾਰਤ ਵਾਸਤੇ ਧੱਕਾ ਆ। ਨਾ ਤਾਂ ਜ਼ਿਮੀਂਦਾਰ ਹੀ ਬਚੂਗਾ ਤੇ ਨਾ ਕਿਸਾਨ ਮਜ਼ਦੂਰ ਹੀ ਬਚੂਗਾ। ਜਿਹੜਾ ਇੰਨਾ ਮਜ਼ਦੂਰ ਮੰਡੀਆਂ 'ਚ ਕੰਮ ਕਰਦਾ ਸੀਗਾ, ਉਹ ਰੋਟੀ ਕਿੱਥੋਂ ਖਾਣਗੇ? ਬਾਕੀ ਜਿਹੜਾ ਜ਼ਿਮੀਂਦਾਰ ਆ, ਉਸ ਪਹਿਲਾਂ ਗੌਰਮੈਂਟਾਂ ਨੇ ਮਾਰ ਲਿਆ, ਫਿਰ ਕਰੋਨਾ ਨੇ ਮਾਰ ਲਿਆ, ਹੁਣ ਇਹ ਬਿੱਲਾਂ ਨੇ ਮਾਰ ਲੈਣਾ ਜੀ। ਕੋਈ ਫਸਲ ਨਹੀਂ ਵਿਕਦੀ, ਜਿਹੜੀ ਵੀ ਫਸਲ ਦਾ ਤਾਂ ਪਹਿਲਾਂ ਹੀ ਭਾਅ ਨਹੀਂ ਲੱਗਦਾ ਸੀਗਾ। ਇਹ ਸਰਕਾਰਾਂ ਪਹਿਲਾਂ ਬਣਨ ਵੇਲੇ ਕਹਿੰਦੀਆਂ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਦਾਂਗੇ। ਜਦੋਂ ਸਰਕਾਰ ਬਣ ਜਾਂਦੀ ਆ, ਉਹ ਚੱਕ ਕੇ ਤੇ ਆਪਣਾ ਹੋਰ ਕਾਨੂੰਨ ਪਾਸ ਕਰ ਦਿੰਦੇ ਆ। ਇੱਕ ਵੀ ਕਿਸਾਨ ਜਿਹੜਾ ਆ ਉਹ ਇਹਦੇ ਹੱਕ ਵਿੱਚ ਹੈ ਨਹੀਂ ਗਾ, ਸਾਰੇ ਵਿਰੋਧ ਕਰਨ ਡਏ ਆ, ਧੱਕੇ ਨਾਲ ਕਿਸਾਨ ਮਰਨ ਡਏ ਆ, ਕੁਛ ਕਰੋਨਾ ਮਰੀ ਜਾਂਦੀ ਆ। ਬਾਕੀ ਕੋਈ ਵੀ ਗੌਰਮੈਂਟ ਜਿਹੜੀ ਆ ਕਦੀ ਵੀ ਕਿਸਾਨਾਂ ਦੇ ਹੱਕ ਵਿੱਚ ਨਹੀਂ ਖੜੀ ਹੋਈ, ਧੱਕਾ ਕਰੀ ਤੁਰੇ ਜਾਂਦੇ ਆ। ਇਹ ਤਾਂ ਮੋਦੀ ਨੂੰ ਚਾਹੀਦਾ ਸੀ, ਜੋ ਮੋਦੀ ਨੇ ਪਹਿਲਾਂ ਕਿਹਾ ਸੀਗਾ ਉਹ ਕਰਦਾ। ਇਸ ਟਾਈਮ ਆ ਕੇ ਉਹਨੇ ਆਪਣੇ ਕਾਨੂੰਨ ਪਾਸ ਕਰ ਦਿੱਤੇ ਆ, ਦੂਜਿਆਂ ਤੇ ਬਲੇਮ ਲਾਈ ਜਾਂਦੇ ਆ। ਜਿੱਦਣ ਇਹਦਾ ਰੌਲਾ ਜ਼ਿਆਦਾ ਪੈ ਜਾਊਗਾ, ਇਹ ਚੀਨ ਦਾ ਮਾੜੀ ਮੋਟੀ ਲੜਾਈ ਲਵਾ ਕੇ ਉਹਨੂੰ ਨੱਪ ਦੇਣਗੇ। ਇਹ ਬਿੱਲ ਪਾਸ ਕਰ ਦਿੱਤੇ, ਪਹਿਲਾਂ ਕਰੋਨਾ ਦੀ ਆੜ 'ਚ ਪਾਸ ਕਰ ਦਿੱਤੇ, ਹੁਣ ਚੀਨ ਨਾਲ ਲੜਾਈ ਲਾ ਕੇ ਇਹਨੂੰ ਸਾਰੀ ਜਨਤਾ ਨੂੰ ਬਿਠਾਲ ਦੇਣਗੇ। ਇਹਨਾਂ ਨੇ ਕੱਖ ਨਹੀਂ ਛੱਡਣਾ ਦੇਸ਼ ਦਾ। ਸਾਰੇ ਕਿਸਾਨ ਭਰਾ, ਮਜ਼ਦੂਰ ਭਰਾ, ਇਕੱਠੇ ਹੋ ਕੇ ਸੰਘਰਸ਼ ਕਰੋ,
इन्हों का विरोध करो। कोई भी पिंड दे विच आउंदा वोटां मंगण, इन्हां नूं पहलां पुछो भी तुसीं की कीता, इन्हां नूं जवाब दिओ। देख रहे हैं कि पंजाब दे राजभर विच किसानां वल्लों इस बिल दे विरुद्ध धरने लाए जा रहे हैं। हुण साडी सरकार नूं सिर्फ इह गुजारिश है कि किसानां दीआं मंगां नूं देखदे होए इह बिल वापस ले जाण, नहीं तां पंजाब नूं दुबारा तों फिर काले दिन देखणे पै सकदे हन। तुसीं देख रहे हो पंजाब फोकस, मैं हां सिमरनजीत कौर, कैमरामैन जसराज सिंह के नाल।